ਇਸ ਵੇਲੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਚ ਸਮਰਾਲਾ ਚ ਅਸੀਂ ਪਹੁੰਚੇ ਹਾਂ। ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੌਣ ਕੱਲ ਜਿੱਤ ਰਿਹਾ ਵੈ ਸ੍ਰੀ ਫਤਿਹਗੜ੍ਹ ਸਾਹਿਬ। ਗੱਲਬਾਤ ਜਿਹੜੀ ਹੈ ਲੋਕਾਂ ਦੇ ਨਾਲ ਕਰਾਂਗੇ ਕਿ ਇਸ ਵਾਰ ਫਤਿਹਗੜ੍ਹ ਸਾਹਿਬ ਦੇ ਲੋਕ ਕਿਸ ਨੂੰ ਜਿਤਾ ਰਹੇ ਨੇ। ਬਾਈ ਜੀ ਕੀ ਹਾਲ ਹੈ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਕਿਹਨੂੰ ਜਿਤਾ ਰਹੇ ਹੋ ਕੱਲ? ਆਮ ਪਾਰਟੀ ਵਾਲੇ ਜਿੱਤਣਗੇ ਜੀ। ਆਮ ਆਦਮੀ ਪਾਰਟੀ, ਆਮ ਪਾਰਟੀ ਜੀ। ਪਿਛਲੀ ਵਾਰੀ ਕਾਂਗਰਸ ਜਿੱਤੀ ਸੀ, ਪਿਛਲੀ ਵਾਰੀ ਕਾਂਗਰਸ ਜਿੱਤੀ ਸੀ ਜੀ। ਹਾਂ, ਲੋਕਾਂ ਦਾ ਥੋੜਾ ਜਿਹਾ ਪ੍ਰਭਾਵ ਆ ਵੀ ਇਹਨਾਂ ਨੂੰ ਮੌਕਾ ਦਈਏ। ਠੀਕ ਹੈ, ਹੋਰ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਕਰਦੇ ਆ। ਟੈਕਸੀ ਸਟੈਂਡ ਤੇ ਇੱਥੇ ਜਿਹੜੇ ਲੋਕ ਬੈਠੇ ਨੇ, ਡਰਾਈਵਰ ਬੈਠੇ, ਬਾਈ ਕੀ ਹਾਲ? ਠੀਕ ਆ ਬਾਈ ਜੀ, ਠੀਕ ਆ। ਕੀ ਮਾਹੌਲ? ਮਾਹੌਲ ਵਧੀਆ ਜੀ। ਕਿਹਨੂੰ ਜਿਤਾ ਰਹੇ ਹੋ ਕੱਲ? ਝਾੜੂ ਵਾਲਾ ਜਿੱਤੂਗਾ ਜੀ। ਝਾੜੂ ਲੈ ਜਾਏਗਾ? ਜਿੱਤੂਗਾ, ਜਿੱਤੂਗਾ ਪੱਕਾ ਜੀ। ਰੁਪਏ ਜੀਪੀ ਜਿੱਤੇ? ਹਾਂ, ਜੇਪੀ ਜਿੱਤੂਗਾ ਜੀ। ਪਹਿਲੀ ਵਾਰੀ ਕਾਂਗਰਸ ਜਿਤਾਈ ਸੀ? ਨਹੀਂ ਜੀ, ਝਾੜੂ ਜਿੱਤਿਆ ਪਿਛਲੀ ਵਾਰੀ ਵੀ। ਝਾੜੂ? ਹਾਂਜੀ। ਚਲੋ, ਕੁਛ ਹੋਰ ਲੋਕਾਂ ਨਾਲ ਗੱਲਬਾਤ ਕਰਦੇ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਝਾੜੂ ਹੀ ਆਉਣਾ ਚਾਹੀਦਾ। ਹੈ ਝਾੜੂ, ਵੋਟਾਂ ਸਾਰਿਆਂ ਨੇ ਝਾੜੂ ਨੂੰ ਪਈ? ਜੇ ਕੋਈ ਬਰਾਬਰ ਹੱਲ ਤੱਕ ਦਾ ਕੋਈ ਨਹੀਂ। ਸਾਡਾ ਤਾਂ ਮੁੱਦਾ ਇਹ ਵੀ ਜਿਹੜਾ ਸਾਨੂੰ ਕੋਈ ਰੁਜ਼ਗਾਰ ਜੇ ਕੋਈ ਸਾਡੇ ਕਹਿੰਦੇ ਸੁਣਿਆ ਕੁਛ ਤੇ ਉਹ ਝਾੜੂ ਆ। ਝਾੜੂ ਵੀ ਤੁਹਾਡੀਆਂ ਵੋਟਾਂ ਕਿੱਧਰ ਗਈ? ਸਾਡੇ ਤਾਂ ਝਾੜੂ ਹੀ ਆ। ਝਾੜੂ ਨੂੰ ਕੀ ਲੱਗਦਾ ਬਾਈ? ਹਾਂ ਜੀ, ਝਾੜੂ ਜਿੱਤੂਗਾ ਜੀ। ਝਾੜੂ ਇਧਰਲੇ ਪਾਸੇ ਸਾਰੇ ਝਾੜ। ਕੀ ਲੱਗਦਾ ਬਾਈ ਕੌਣ ਜਿੱਤੇਗਾ? ਝਾੜੂ ਜਿੱਤੂਗਾ ਜੀ। ਤੁਸੀਂ ਤਾਂ ਅਕਾਲੀ ਲੱਗ ਰਹੇ ਹੋ। ਨਹੀਂ, ਉੱਤੇ ਇੰਡੀਆ ਗਠਜੋੜ ਆਉਣਾ ਚਾਹੀਦਾ ਜੀ। ਮੋਦੀ ਥੱਲੇ ਜਾਣਾ ਚਾਹੀਦਾ। ਮੋਦੀ ਥੱਲੇ ਆਉਣਾ ਚਾਹੀਦਾ। ਹਾਂ ਜੀ, ਉਹਨੇ ਬਹੁਤ ਨੁਕਸਾਨ ਕੀਤਾ। ਪੰਜਾਬ 'ਚ ਕਿੰਨੀਆਂ ਸੀਟਾਂ ਲੱਗਦੀਆਂ ਇੰਡੀਆ ਗਠਜੋੜ ਜਿੱਤੇਗਾ? ਇੰਡੀਆ ਗਠਜੋੜ ਨਹੀਂ, ਝਾੜੂ ਜਿੱਤੂਗਾ ਜੀ ਪੰਜਾਬ 'ਚ। ਕਿੰਨੀਆਂ ਸੀਟਾਂ? 10 ਤਾਂ ਲੈ ਕੇ ਜਾਊਗਾ ਜੀ ਪੱਕਾ। ਹਾਂ ਜੀ ਬਾਈ, ਕੀ ਲੱਗਦਾ ਕੌਣ ਜਿੱਤੇਗਾ ਇਸ ਵਾਰ? ਭੱਜ ਰਹੇ ਕੀ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ? ਝਾੜੂ ਜਿੱਤੂਗਾ ਜੀ। ਝਾੜੂ ਇੱਥੇ ਝਾੜੂ ਵਾਲੇ ਸਾਰੇ ਨਜ਼ਰ ਆ ਰਹੇ ਨੇ, ਮੈਨੂੰ ਲੱਗਦਾ ਇਹ ਸਾਰਾ ਪਾਸਾ ਝਾੜੂ ਦੇ ਪਿਆ। ਬਾਈ ਕੀ ਹਾਲ ਹੈ, ਠੀਕ ਹੋ? ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਝਾੜੂ ਵਾਲਾ। ਝਾੜੂ ਵਾਲੇ ਸਾਰੇ ਝਾੜੂ ਵਾਲੇ ਨੇ? ਸ਼ੁਰੂ ਤੋਂ ਝਾੜੂ ਵਾਲੇ ਨੇ ਜਾਂ ਅਲੱਗ ਅਲੱਗ? ਮੰਗਦੇ ਝਾੜੂ ਵਾਲੇ ਨੇ। ਹੈ? ਮੰਗਦੇ ਝਾੜੂ, ਮੰਗਦੇ ਝਾੜੂ ਵਾਲੇ ਨੇ। ਚਲੋ, ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ। ਇੱਥੇ ਟੈਕਸੀ ਸਟੈਂਡ ਵਾਲੇ ਤਾਂ ਕਹਿ ਰਹੇ ਨੇ ਕਿ ਝਾੜੂ ਵਾਲੇ ਜਿੱਤਣਗੇ। ਇੱਥੇ ਬੱਸਾਂ ਵੀ ਆ ਗਈਆਂ ਨੇ, ਲੋਕਾਂ ਨੇ ਸਫ਼ਰ ਵੀ ਕਰਨਾ ਹੈ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਇਸ ਵਾਰ ਬਾਜੀ ਕੌਣ ਮਾਰੇਗਾ, ਕੌਣ ਜਿੱਤੇਗਾ, ਔਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਲੋਕ ਕਿਸ ਨੂੰ ਜਿਤਾ ਰਹੇ ਨੇ। ਤਾਂ ਬੱਸਾਂ ਇੱਥੇ ਪਹੁੰਚ ਚੁੱਕੀਆਂ ਨੇ, ਗੱਲਬਾਤ ਜਿਹੜੀ ਕਰਾਂ। ਬਾਈ ਕੀ ਹਾਲ ਹੈ, ਠੀਕ ਹੋ? ਹਾਂਜੀ, ਠੀਕ ਹੈ ਜੀ। ਕੱਲ੍ਹ ਰਿਜ਼ਲਟ ਆ ਰਿਹਾ, ਦੇਖੋ ਕੀ ਬਣਦਾ। ਕੀ ਲੱਗਦਾ ਇਸ ਵਾਰ? ਐਂ ਲੱਗਦਾ ਵੀ ਜਿਹੜੀ ਫਾਈਟ ਆ ਬੜੀ ਸਖ਼ਤ ਹੈਗੀ ਆ। ਹਾਂ, ਤੇ ਪਰ ਪੰਜਾਬ ਦੇ ਵਿੱਚ ਅਸੀਂ ਇਹ ਮੰਨਦੇ ਹਾਂ ਵੀ ਕਾਂਗਰਸ ਉੱਤੇ ਰਹੂਗੀ। ਕਾਂਗਰਸ ਉੱਤੇ ਰਹੇਗੀ। ਔਰ ਫਤਿਹਗੜ੍ਹ ਸਾਹਿਬ? ਫਤਿਹਗੜ੍ਹ ਸਾਹਿਬ ਦਾ ਵੀ ਇਹੀ ਹੈ ਜੀ, ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਕਾਂਗਰਸ ਉੱਤੇ ਰਹੇਗੀ। ਠੀਕ ਹੈ ਬਾਈ, ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਕਹਿ ਸਕਦੇ ਹੋ ਜਿੱਤੇਗਾ, ਵਧੀਆ ਬਾਤ ਹੈ। ਹਵਾ ਕਹਿੰਦੀ ਰਹੀ ਇਸ ਵਾਰ ਪੂਰੇ ਇਲੈਕਸ਼ਨ ਚ? ਪੂਰੇ ਇਲੈਕਸ਼ਨ ਚ ਦੋ ਬੰਦੇ ਦੀ ਹਵਾ ਹੈ, ਕਾਂਗਰਸ ਕੀ ਜਾਂ ਝਾੜੂ ਵਾਲੇ ਕੀ? ਕਾਂਗਰਸ ਤੇ ਝਾੜੂ। ਤੁਹਾਨੂੰ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਕਾਂਗਰਸ ਕੀ ਮੈਚ ਹੈ ਹਮਕੋ? ਕਾਂਗਰਸ। ਹਾਂ, ਕਾਂਗਰਸ ਕਾਂਗਰਸ ਲੱਗ ਰਹੀ ਹੈ। ਹੋਰ ਲੋਕਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਇਸ ਵਾਰ ਬਾਜੀ ਕੌਣ ਮਾਰੇਗਾ, ਕੌਣ ਜਿੱਤੇਗਾ, ਔਰ ਲੋਕ ਜਿਹੜੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸ ਨੂੰ ਫਤਵਾ ਜਿਹੜਾ ਵੈ ਉਹ ਜਾਰੀ ਕਰਦੇ ਨੇ। ਗੱਲਬਾਤ ਤੇਜ਼ੀ ਦੇ ਨਾਲ ਕਰ ਲੈਂਦੇ ਹਾਂ ਕਿ ਸਮਰਾਲੇ ਦੇ ਵਿੱਚ ਲੋਕਾਂ ਨੇ ਕਿਸ ਦੇ ਹੱਕ 'ਚ ਵੋਟ ਪਾਈ ਹੈ। ਬਾਈ ਕੀ ਹਾਲ ਹੈ, ਠੀਕ ਹੋ? ਗਰਮੀ ਪੂਰੀ ਕੱਢੀ ਪਈ ਹੈ, ਜੂਸ ਜਾਸ ਵੇਚ ਰਹੇ? ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਵੋਟਾਂ ਪਾਈਆਂ ਸੀ ਵੈਸੇ? ਵੋਟਾਂ ਤਾਂ ਪਾਈਆਂ ਸੀ। ਹਵਾ ਕਿੰਦੀ ਲੱਗਦੀ ਇਸ ਵਾਰ? ਹਵਾ ਬਹੁਤ ਜ਼ਿਆਦਾ ਗਰਮੀ ਲੱਗਦੀ ਜੀ। ਹਵਾ ਗਰਮੀ ਲੱਗ ਰਹੀ? ਹਾਂਜੀ ਹਾਂਜੀ। ਵੈਸੇ ਕਿਹੜੀ ਪਾਰਟੀ ਦੀ ਕਿਹੜੀ ਹਵਾ ਲੱਗਦੀ ਹੈ? ਹਾਂਜੀ, ਕਿਹੜੀ ਪਾਰਟੀ ਲੱਗਦਾ ਜਿੱਤੇਗੀ? ਹੁਣ ਜੋ ਜਿਹਨੇ ਪਰਮਾਤਮਾ ਚਾਹਣਾ ਜੀ, ਇਹਨੇ ਜਿਹਦੀ ਕਿਸਮਤ ਹੋਈ ਜੀ, ਠੀਕ ਹੈ ਉਨੀ ਬੱਲੇ। ਸਮਰਾਲੇ ਚ ਕਹਿੰਦੀ ਹਵਾ ਕਹਿੰਦੀ? ਅੱਜ ਤਾਂ ਇਹ ਬਾਬੇ ਰਹਿਣੀ ਜੀ, ਅਸੀਂ ਦੱਸ ਦਾਂਗੇ ਤੁਹਾਨੂੰ। ਬਾਬੇ ਨਹੀਂ? ਹਾਂਜੀ, ਭਗਵਾਨ ਨਹੀਂ ਕਰਦਾ। ਹਾਂਜੀ ਹਾਂਜੀ, ਅੱਜ ਤਾਂ ਇਹੀ ਪਤਾ ਆਪਣਾ। ਬਾਈ ਜੀ ਕਿਵੇਂ, ਠੀਕ ਹੋ? ਹਾਂਜੀ, ਵਧੀਆ ਜੀ। ਕੀ ਲੱਗਦਾ ਇਸ ਵਾਰ ਸਮਰਾਲਾ ਕੌਣ ਜਿੱਤ ਰਿਹਾ? ਸਰ ਲੋਕਾਂ ਨੇ ਕਰਤਾ, ਜਾਣੀ ਅਸੀਂ ਨਹੀਂ ਕਹਿ ਸਕਦੇ। ਇਹ ਤਾਂ ਹੁਣ ਸਮਰਾਲੇ ਚ ਮਾਹੌਲ ਕਿਹੜੀ ਪਾਰਟੀ ਦੇ ਹੱਕ ਚ ਸੀ? ਨਹੀਂ, ਸਾਡਾ ਤਾਂ ਏਰੀਆ ਬਹਿਲੋਲਪੁਰ ਪੈਂਦਾ ਆ, ਤੇ ਅਸੀਂ ਤਾਂ ਉੱਧਰ ਫਤਿਹਗੜ੍ਹ ਸਾਹਿਬ ਚ ਪੈਂਦੇ ਸੀ। ਅੱਛਾ, ਉੱਧਰ ਕਿੰਨੀ ਹਵਾ ਸੀਗੀ? ਉੱਧਰ ਤਾਂ ਵੈਸੇ ਝਾੜੂ ਵਾਲਿਆਂ ਦੀ ਹੋਵੇ। ਝਾੜੂ ਵਾਲਿਆਂ ਦੀ ਹੋਵੇ? ਹਾਂਜੀ ਹਾਂਜੀ, ਝਾੜੂ ਵਾਲਿਆਂ ਦੀ। ਬਾਈ ਕਿਵੇਂ, ਠੀਕ ਹੋ? ਦੇਖੀ ਜਾਂਦੇ ਹੋ? ਕਿਵੇਂ, ਠੀਕ ਹੋ? ਬਹੁਤ ਵਧੀਆ। ਕੀ ਲੱਗਦਾ ਇਸ ਵਾਰ ਫਤਿਹਗੜ੍ਹ ਸਾਹਿਬ ਕਿਹਨੂੰ ਜਿਤਾ ਰਹੇ ਹੋ?
ਸੀਟਾਂ ਲੈ ਜਾਣਗੇ ਝਾੜੂ ਵਾਲੇ? ਮੰਨ ਕੇ ਚੱਲੋ ਲੈ ਜਾਣਗੇ 10 ਸੀਟਾਂ 10 ਸੀਟਾਂ ਲੈ ਜਾਣਗੇ। ਠੀਕ ਹੈ, ਗੱਲਬਾਤ ਜਿਹੜੀ ਆ ਹੋਰ ਲੋਕਾਂ ਦੇ ਨਾਲ। ਬਾਈ ਕਿਵੇਂ, ਠੀਕ ਹੋ? ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਇਹ ਸਮੱਸਿਆ ਬਾਹਰ ਹੈ, ਸਮੱਸਿਆ ਬਾਹਰ ਹੈ। ਵੋਟ ਡਾਲੀ ਸੀ? ਵੋਟ ਡਾਲੇ ਥੇ। ਹਾਂ, ਹਵਾ ਕਿੰਦੀ ਨਜ਼ਰ ਆਉਂਦੀ? ਹਾਂਜੀ, ਹਵਾ ਕਿਸ ਕੀ ਨਜ਼ਰ ਆ ਰਹੀ ਸੀ ਇਸ ਵਾਰ? ਕਿਹੜੀ ਪਾਰਟੀ ਲੱਗਦਾ ਕਿ ਜਿੱਤੇਗੀ? ਦੇਸ਼ ਚ ਕੌਣ ਜਿੱਤੇਗਾ? ਯਹਾਂ ਕੇ ਲੋਕ ਤਾਂ ਕਹਿ ਰਹੇ ਕਾਂਗਰਸ, ਯਹਾਂ ਕੇ ਲੋਕ ਪੜ੍ਹੇ ਲਿਖੇ ਹੈ ਨਹੀਂ, ਕਾਂਗਰਸ। ਠੀਕ ਹੈ, ਚਲੋ ਹੋਰ ਲੋਕਾਂ ਨਾਲ ਗੱਲਬਾਤ ਜਿਹੜੀ ਕਰ ਲੈਂਦੇ ਹਾਂ ਕਿ ਇਸ ਵਾਰ ਹਵਾ ਕਿਸ ਪਾਰਟੀ ਦੀ ਰਹੀ ਹੈ ਔਰ ਕੌਣ ਜਿੱਤੇਗਾ? ਇੱਥੇ ਦਾਤਾ ਸਿੰਘ ਦਾ ਮਸ਼ਹੂਰ ਢਾਬਾ ਵਾ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ, ਕੀ ਹਾਲ ਹੈ? ਠੀਕ ਹੈ ਜੀ, ਵਧੀਆ। ਕੀ ਲੱਗਦਾ ਲੋਕਾਂ ਨੇ ਇਸ ਵਾਰ ਕਿਹਨੂੰ ਜਿਤਾਤਾ? ਕੋਈ ਪਤਾ ਨਹੀਂ ਜੀ, ਹੁਣ ਆਏ ਤੋਂ ਪਤਾ ਲੱਗੂਗਾ। ਸਮਰਾਲੇ ਹਵਾ ਕਿੰਦੀ ਰਹੀ ਹੈ? ਬਈ ਦੇਖੋ ਜੀ, ਸਾਰਿਆਂ ਦੀ ਆਪੋ ਆਪਣੀ ਹਵਾ, ਹੁਣ ਕੋਈ ਕਿਹਾ ਨਹੀਂ ਜਾ ਸਕਦਾ। ਚਲੋ ਬਾਈ, ਕਿਵੇਂ, ਠੀਕ ਹੋ? ਬਣ ਰਹੇ ਪਰਾਂਠੇ? ਬਣ ਰਹੇ ਆ। ਕੀ ਲੱਗਦਾ ਇਸ ਵਾਰ? ਬਾਈ ਜੀ, ਕੀ ਲੱਗਦਾ ਇਸ ਵਾਰ? ਸਤਿ ਸ੍ਰੀ ਅਕਾਲ, ਕਿਵੇਂ ਹੋ? ਹੋਰ ਵਧੀਆ, ਤੁਸੀਂ ਸੁਣਾਓ ਆਪਣਾ ਜੀ? ਵਧੀਆ। ਕੀ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ ਇੱਥੇ? ਬਸ ਜਿਹੜਾ ਜਿੱਤਣਾ ਜੀ, ਬਸ ਖੁਸ਼ੀ ਮਨਾਉਂਦੇ ਹੁੰਦੀ ਆ ਕੱਲ ਨੂੰ ਜੀ। ਗਲਾਸ ਪਏ ਨੇ ਤਾਂ ਗੰਦ ਪਾ ਰਹੇ, ਉਹਨਾਂ ਨੂੰ ਵੀ ਕਹੋ ਮਾੜਾ। ਦੱਸੋ ਕੌਣ ਗੰਦ ਪਾ ਰਿਹਾ? ਹਾਂ ਦੇਖੋ ਸਾਹਮਣੇ, ਆਮ ਲੋਕ ਜਿਹੜੇ ਸਫਾਈ ਨਹੀਂ ਕਰਦੇ ਜਾਂ ਕਿਵੇਂ? ਜਿਹੜੇ ਠੰਡੇ ਆ ਜਿਵੇਂ ਹੁਣ ਇਹ ਆ, ਇਹਨਾਂ ਨੂੰ ਮਾੜਾ ਜਿਹਾ ਦੱਸੋ ਅਸੀਂ ਵੀ ਭਾਈ ਆਪਣਾ ਡਸਟਬਿਨ ਲਾਓ ਰਹੇ। ਹਾਂ ਠੀਕ ਹੈ, ਸਫਾਈ ਦਾ ਖਿਆਲ ਰੱਖੋ। ਜ਼ਰੂਰ ਮਹਾਰਾਜ, ਜ਼ਰੂਰ ਜੀ। ਹਾਂਜੀ ਹਾਂਜੀ, ਉਹ ਲਓ ਜੀ, ਲਓ ਗਲਾਸ ਕਿਵੇਂ ਖੜਦਾ ਉਹ? ਉਹ ਗਲਤ ਗੱਲ ਹੈ, ਕਹਿਣਾ ਚਾਹੀਦਾ। ਕੀ ਲੱਗਦਾ ਇਸ ਵਾਰ ਕੀ ਲੱਗਦਾ ਮਾਹੌਲ ਕਹਿੰਦਾ? ਮਾਹੌਲ ਤਾਂ ਇੱਧਰ ਕੋਈ ਨੀ ਹੈਗਾ, ਅਸਾਂ ਤਾਂ ਖਡੂਰ ਸਾਹਿਬ ਤੇ ਉੱਧਰ ਹੀ ਆ। ਖਡੂਰ ਸਾਹਿਬ ਕੌਣ ਹੈ ਭਾਈ? ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਲੈ ਜਾਏਗਾ ਖਡੂਰ ਸਾਹਿਬ? ਹਾਂ, ਖਡੂਰ ਤੇ ਬਠਿੰਡਾ। ਕਾਂਗਰਸ ਵਾਲੇ ਕਿੰਨੇ ਲੈ ਜਾਣਗੇ? ਕਾਂਗਰਸ ਲਗਭਗ ਲੈ ਜੂ 300-350 ਦੇ ਨੇੜੇ। 300-350 ਕੱਲੇ ਦੇਸ਼ ਚ ਤਾਂ ਇੰਡੀਆ ਲਾਈਨਸ ਹੈ, ਇੰਡੀਆ ਇੰਡੀਆ ਲਾਈਨ ਉੱਪਰ ਵੀ ਕਾਂਗਰਸ ਆਊਗੀ। ਕਾਂਗਰਸ ਉੱਪਰ ਕਾਂਗਰਸ ਆਏਗੀ। ਬਾਈ ਕੀ ਲੱਗਦਾ? ਆਪਾਂ ਨੂੰ ਖੁਸ਼ੀ ਆ ਜੀ, ਕੋਈ ਜਿੱਤ ਲੈ ਕੋਈ ਜਿੱਤ ਲੈ ਕੋਈ ਜਿੱਤ ਜਾ। ਗੱਲਬਾਤ ਜਿਹੜੀ ਕਰ ਲੈਣੇ, ਕਹਿੰਦੇ ਇੱਥੇ ਸਫਾਈ ਦਾ ਖਿਆਲ ਨਹੀਂ ਰੱਖਦੇ। ਇਸ ਗੱਲ ਦਾ ਜ਼ਿਕਰ ਇੱਕ ਬੰਦਾ ਜਿਹੜਾ ਉਹ ਕਰ ਰਿਹਾ ਸੀਗਾ। ਬਾਈ ਕਿਵੇਂ, ਠੀਕ ਹੋ? ਕੀ ਲੱਗਦਾ ਇਸ ਵਾਰ ਹਵਾ ਕਿਹੜੀ ਪਾਰਟੀ ਦੀ ਲੱਗਦੀ ਹੈ? ਵੋਟ ਪਾਈ ਸੀਗੀ? ਨਹੀਂ ਬਾਈ, ਮੈਂ ਨਹੀਂ। ਵੋਟ ਨਹੀਂ ਪਾਈ? ਕਿੰਨੀ ਉਮਰ? ਮੇਰੀ 24। ਵੋਟ ਤਾਂ ਪਾਣੀ ਚਾਹੀਦੀ ਸੀ? ਮੈਂ ਬਣਵਾਈ ਜਾਂਦੀ ਹਾਂ। ਕਿਉਂ? ਬੈਸੀ। ਅੱਛਾ, ਕਿਹੜੀ ਪਾਰਟੀ ਦੀ ਹਵਾ ਨਜ਼ਰ ਆਉਂਦੀ ਹੈ? ਕਾਂਗਰਸ ਹੀ ਲੱਗਦੀ? ਇੱਥੋਂ ਕੌਣ ਕਾਂਗਰਸ ਲੈ ਜਾਏਗੀ? ਕੀ ਲੱਗਦਾ ਇਸ ਵਾਰ ਇੱਥੇ ਕੌਣ ਜਿੱਤ ਰਿਹਾ? ਪਤਾ ਨਹੀਂ, ਵੋਟਾਂ ਪਾਈਆਂ ਸੀ? ਕਿੰਦੀ ਹਵਾ? ਹਵਾ ਕਿੰਦੀ ਹੈ? ਕਾਂਗਰਸ ਜਾਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਜਾਂ ਅਕਾਲੀ ਦਲ? ਪਤਾ ਨਹੀਂ ਜੀ, ਕਿਹਦੀ ਹੋਊਗੀ ਦੇਖੋ। ਤੁਸੀਂ ਜਦੋਂ ਵੋਟ ਪਾਈ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਇੱਥੇ ਜ਼ਿਆਦਾ ਕਿਹੜੇ ਪੱਖ ਚ ਲੋਕ ਨੇ, ਕਾਂਗਰਸ ਦੇ ਆਮ ਆਦਮੀ ਪਾਰਟੀ ਦੇ? ਪੰਜਾਬ ਚ ਕਿੰਨੀਆਂ ਸੀਟਾਂ ਲਾ ਦਈਆਂ ਕਾਂਗਰਸ ਝਾੜੂ ਦੀਆਂ? ਕਾਂਗਰਸ ਤੇ ਝਾੜੂ ਦੀ ਨੇ ਦੋਵਾਂ ਦੀਆਂ ਸੀਟਾਂ। ਹੋਰ ਗੱਲਬਾਤ ਲੋਕਾਂ ਦੇ ਨਾਲ ਕਰ ਲੈਂਦੇ ਹਾਂ ਕਿ ਇਸ ਵਾਰ ਕੌਣ ਬਾਜੀ ਮਾਰੇਗਾ, ਕੌਣ? ਕੱਲ ਨਤੀਜੇ ਆਣੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ ਕਿਵੇਂ, ਠੀਕ ਹੋ? ਕੀ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ ਤੁਸੀਂ? ਇਸ ਵਾਰ ਕੌਣ ਜਿੱਤ ਰਿਹਾ ਤੁਸੀਂ? ਕੋਈ ਪਤਾ ਨਹੀਂ ਜੀ, ਕੋਈ ਪਤਾ ਨਹੀਂ।
ਹਵਾ ਕਿੰਦੀ ਲੱਗਦੀ? ਆਮ ਪਾਰਟੀ ਦੀ। ਆਮ ਪਾਰਟੀ ਦੀ ਕੀ ਲੱਗਦਾ ਬਾਈ? ਝਾੜੂ ਵਾਲਿਆਂ ਦੀ ਜ਼ਿਆਦਾ ਉਮੀਦ ਆ। ਝਾੜੂ ਵਾਲਿਆਂ ਦੀ ਲੱਗਦੀ ਤੁਹਾਨੂੰ? ਝਾੜੂ ਵਾਲਿਆਂ, ਝਾੜੂ ਵਾਲਿਆਂ ਦੀ ਕਿੰਨੀਆਂ ਸੀਟਾਂ ਲੈ ਜਾਣਗੇ ਦੇਖੋ ਹੁਣ, ਸੀਟਾਂ ਚਲੋ ਨਿਕਲੋ, ਜਲਦੀ ਨਿਕਲੋ, ਬਸ ਆ ਗਈ। ਚਲੋ ਹੋਰ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਕਰ ਲੈਣੇ ਆ। ਇਸ ਵਾਰ ਬਾਜੀ ਕੌਣ ਬਾਈ, ਕਿਵੇਂ ਠੀਕ ਹੋ? ਇਸ ਵਾਰ ਕੀ ਲੱਗਦਾ ਕੌਣ ਜਿੱਤੇਗਾ? ਅਕਾਲੀ ਦਲ ਦਾ ਕੌਣ ਸੀ ਇੱਥੇ? ਇੱਥੇ ਸਰਦਾਰ ਬਿਕਰਮ ਸਿੰਘ ਜੀ ਖਾਲਸਾ। ਔਰ ਆਮ ਆਦਮੀ ਪਾਰਟੀ ਤੋਂ ਕੌਣ ਸੀ? ਆਮ ਪਾਰਟੀ ਤੋਂ ਸੀਗਾ ਜੀ ਜੀਪੀ। ਔਰ ਕਾਂਗਰਸ ਤੋਂ? ਕਾਂਗਰਸ ਦੇ ਡਾਕਟਰ ਅਮਰ ਸਿੰਘ ਜੀ। ਕਿਹੜਾ ਲੱਗਦਾ? ਸ਼੍ਰੋਮਣੀ ਅਕਾਲੀ ਦਲ। ਤੁਹਾਨੂੰ ਕੀ ਲੱਗਦਾ? ਪੱਕਾ? ਪੱਕਾ? ਮੈਂ ਤਾਂ ਪੱਕਾ ਡਨ। ਤੁਸੀਂ ਪੱਕਾ ਡਨ? ਤੁਸੀਂ ਦੋ ਹੀ ਬੜੀਆਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਹੈ ਤੇ ਹੋਊ। ਬਿਲਕੁਲ ਹਾਂ ਬਾਈ, ਚੰਗੀ ਗੱਲ ਵੀਰ ਜੀ। ਮੈਂ ਤਾਂ ਕਹਿੰਦਾ ਵੀ ਕੰਮ ਹੋਣਾ ਚਾਹੀਦਾ, ਜਿਹੜਾ ਮਰਜ਼ੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕਰੇ ਨੇ, ਕਰਦੇ ਨੇ, ਉਹ ਕੋਈ ਨੀ ਕਰ ਸਕਦਾ। ਸਹੀ ਗੱਲ ਹੈ, ਇਹਨਾਂ ਦੇ ਟਾਈਮ ਚ ਕਰੇ ਵੀਰ ਜੀ। ਪਤਾ ਕੀ ਗੱਲ ਹੈ, ਚਲੋ ਆਪਾਂ ਸਿਫਤ ਨੀ ਕਿਸੇ ਦੀ ਕਰਦੇ, ਕਰ ਤੁਸੀਂ ਇਹ ਦੇਖੋ। ਚੱਲ ਹੋਰ ਨੀ ਤੇ ਬਿਜਲੀ ਦਾ ਮਾਫ਼ ਕੀਤੀਆਂ, ਰੋਡ ਦੇਖੋ ਜੀ, ਦਸ ਦਸ ਸਾਲ ਰੋਡ ਨੀ ਸੀ ਬਣੇ, ਇਹ ਹੁਣ ਹੀ ਮਾੜੇ ਮੋਟੇ ਮੁਕੱਦਰ ਖੁੱਲੇ ਨੇ ਰੋਡਾਂ ਦੇ। ਜਿੱਥੇ ਸਮਰਾਲੇ ਤੋਂ ਮਾਛੀਵਾੜੇ ਤੋਂ ਤੁਸੀਂ ਪੁਲ ਤੇ ਜਾ ਨੀ ਸੀ ਸਕਦੇ। ਕਿੰਨੇ ਬਣਾਏ? ਕਿੰਨੇ ਬਣਾਏ? ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਨੇ ਬਣਾਏ ਨੇ। ਉਹ ਕਹਿੰਦੇ ਅਕਾਲੀ ਹੋਰੇ ਨਹੀਂ ਨਹੀਂ, 10 ਸਾਲ ਦਾ ਰਿਕਾਰਡ ਤਾਂ ਖੋਲੋ, ਇਹ ਤਾਂ ਹੁਣ ਆਈ ਹੈ, 2 ਸਾਲ ਹੋਏ ਨੇ, 10 ਸਾਲ ਦੀ ਗੱਲ ਕਰ ਰਹੇ ਹੋ ਤੁਸੀਂ? ਗੱਲੇ ਚਲੋ ਅਸੀਂ ਹੁਣ ਬਹਿਸ ਤਾਂ ਨਹੀਂ ਵੀਰ ਜੀ ਕਰਨੀ, ਬਹਿਸ ਨਹੀਂ ਗੱਲ ਕਰ ਰਹੇ ਆ, ਗੱਲ ਕਰ ਰਹੇ ਜਿਹੜਾ ਹੁਣ ਰੋਡ ਬਣੇ ਨੇ ਨਾ, ਉਹ ਪਹਿਲਾਂ ਜਦੋਂ ਢਿੱਲੋ ਰਹੇ ਆ ਜੀ, ਕਾਂਗਰਸੀ ਪਾਰਟੀ ਦੇ ਰਹੇ ਆ, 10-15 ਸਾਲ ਲਗਾਤਾਰ ਰਹੇ ਆ ਜੀ। ਨਾ ਉਹਨੇ ਪੁਲ ਦੀ ਖੜਕ ਬਣਾਈ ਹੈ ਜੀ, ਨਾ ਉਹਨੇ ਰੋਪੜ ਵਾਲੀ ਬਣਾਈ ਹੈ ਜੀ। ਤੁਹਾਨੂੰ ਲੱਗਦਾ ਹੁਣ ਝਾੜੂ ਵਾਲੇ ਜਾਣਗੇ ਵੀਰ ਜੀ? ਉਹਨਾਂ ਨੇ ਕੰਮ ਵਧੀਆ ਕੀਤੇ ਨੇ। ਹੋਰ ਤੁਸੀਂ ਛੱਡੋ ਵੀਰ ਜੀ, ਬਿਜਲੀ ਮਾਫ਼ ਕੀਤੀ ਹੈ ਨਾ, ਤੁਸੀਂ ਹਿਸਾਬ ਲਾ ਲਓ। ਬਿੱਲ ਜ਼ੀਰੋ ਹੈ, ਬਿੱਲ ਜ਼ੀਰੋ, ਬਿੱਲ ਜ਼ੀਰੋ ਹੈ, ਤੁਹਾਡਾ ਬਿੱਲ ਜ਼ੀਰੋ ਹੈ। ਸਾਡਾ ਤਾਂ ਪਹਿਲਾਂ ਵੀ ਆਉਂਦਾ, ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਸ਼ੁਰੂਆਤ ਤਾਂ ਉਹਨਾਂ ਨੇ ਬੂਟਾ ਤਾਂ ਉਹਨਾਂ ਨੇ, ਉਹਨੇ ਆਪਣੇ ਆਪਣੇ ਬੰਦਿਆਂ ਦੇ ਕਰਤੇ ਹੋਣੇ ਨੇ। ਨਹੀਂ ਨਹੀਂ, ਬੰਦੇ ਦੀ ਨਹੀਂ ਗੱਲ, ਸੱਚਾਈ ਸੱਚਾਈ ਆ, ਗੁਰੂ ਘਰ ਦੇ ਸਾਹਮਣੇ ਖੜੇ ਆ ਵੀਰ ਜੀ। ਚਲ ਕਹਿੰਦਾ ਵੀ ਨਾ ਜ਼ੀਰੋ ਆਉਂਦਾ ਭਰਾਵਾ, ਸਾਡਾ ਤਾਂ ਨਹੀਂ ਸੀ ਜ਼ੀਰੋ ਆਉਂਦਾ। ਦੇਖੋ ਬੂਟਾ ਤਾਂ ਉਹਨਾਂ ਨੇ ਲਾਇਆ, ਬੂਟਾ ਉਹਨਾਂ ਨੇ ਲਾਇਆ, ਸ਼੍ਰੋਮਣੀ ਅਕਾਲੀ ਦਲ ਨੇ ਬੂਟਾ ਲਾਇਆ, ਹੁਣ ਪਾਣੀ ਜੋ ਚਲੋ ਠੀਕ ਹੈ। ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਵੋਟਾਂ ਪਾਈਆਂ ਸੀ? ਚਾਹ ਪੀ ਰਹੇ ਹੋ? ਵੋਟਾਂ ਪਾਈਆਂ ਸੀ? ਇੱਧਰ ਗੱਲ ਕਰੋ, ਵੋਟਾਂ ਪਾਈਆਂ ਸੀ? ਹਾਂ ਪਾਈਆਂ। ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਇਸ ਵਾਰ ਰਲਵੀ ਮਿਲਵੀ ਬਣੂਗੀ। ਔਰ ਇੱਥੋਂ ਕੌਣ ਜਿੱਤੇਗਾ? ਹਾਂਜੀ, ਇੱਥੋਂ ਕੌਣ ਜਿੱਤੇਗਾ? ਇੱਧਰੋਂ? ਹਾਂ ਇੱਧਰੋਂ ਜਿੱਤੂਗਾ, ਕਿਹੜਾ ਬਣੂਗਾ ਜੀ? ਕੱਲ ਨੂੰ ਪਤਾ ਲੱਗ ਜੂਗਾ। ਝਾੜੂ ਵਾਲਾ ਜਿੱਤੇਗਾ? ਕੀ ਲੱਗਦਾ ਬਾਈ ਇਸ ਵਾਰ ਕੌਣ ਜਿੱਤੇਗਾ? ਝਾੜੂ ਵੀ ਜਿੱਤ ਸਕਦਾ ਵਾ, ਬਾਕੀ ਮੋਦੀ ਵੀ ਜਿੱਤ ਸਕਦਾ, ਮੋਦੀ ਵੀ ਜਿੱਤ ਸਕਦਾ, ਇੱਥੋਂ ਜਿੱਤ ਸਕਦਾ ਬੀਜੇਪੀ ਵੱਲੋਂ? ਉਰੋਂ ਨਹੀਂ, ਉਰੋਂ ਨਹੀਂ ਜਿੱਤ ਸਕਦਾ। ਇੱਥੋਂ ਕੌਣ ਜਿੱਤੇਗਾ? ਉਰੋਂ ਝਾੜੂ ਤੇ ਕਾਂਗਰਸ ਦੀ ਸੰਭਾਵਨਾ ਵਾ, ਝਾੜੂ ਤੇ ਕਾਂਗਰਸ ਦੀ ਫਾਈਟ ਹੈ। ਝਾੜੂ ਤੇ ਕਾਂਗਰਸ ਦੀ ਫਾਈਟ ਹੈ। ਹੋਰ ਕਿਵੇਂ ਠੀਕ ਹੋ? ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ? ਇੱਥੋਂ ਤੁਹਾਡੇ ਕੋਲ ਇੱਧਰੋਂ ਦੀ ਘੁੰਮ ਕੇ ਆਉਂਦੇ ਆ, ਇਸ ਵਾਰ ਇੱਥੋਂ ਕੌਣ ਜਿੱਤ ਰਿਹਾ? ਜਿਹੜਾ ਮਰਜ਼ੀ ਹੈ, ਤੇ ਜੇ ਕੋਈ ਕੰਮ ਹੀ ਨੀ ਕਰਨਾ ਹੈਗਾ ਜਿੱਤਿਆਂ ਦਾ ਵੀ ਕਿਆ? ਵੋਟਾਂ ਪਾਈਆਂ ਤੁਸੀਂ? ਮੈਂ ਤਾਂ ਵੋਟ ਵੀ ਨੀ ਪਾਈ ਹੈਗੀ। ਕਿਉਂ? ਫਾਇਦਾ ਕਿ ਜੇ ਕੋਈ ਕੰਮ ਹੀ ਨੀ ਕਰਦੀ, ਵੋਟਾਂ ਨੂੰ ਪਾ ਦੇਣਾ ਸੀ, ਕਿਸੇ ਨੂੰ ਵੀ ਨੀ ਪਾਉਣੀ ਹੈਗੀ ਜੇ ਕੋਈ ਕੰਮ ਹੀ ਨੀ ਕਰ ਰਹੀ ਸਰਕਾਰ, ਵੋਟ ਪਾ ਕੇ ਵੀ ਤਾਂ ਫਾਇਦਾ ਜੇ ਕੋਈ ਕੰਮ ਕਰੇ ਸਰਕਾਰ। ਬਾਈ ਕੀ ਲੱਗਦਾ ਇਸ ਵਾਰ? ਹੈ ਜੀ, ਸਾਨੂੰ ਤਾਂ ਇਹੀ ਲੱਗਦਾ ਵੀ ਤਿੰਨਾਂ ਦੀ ਜੋਰ ਪੂਰਾ ਚੱਲਦਾ। ਕਿਹੜਾ ਕਿਹੜਾ?
ਲੱਗਦਾ ਕੋਈ ਬਣ ਜੂਗਾ ਜਿਹੜੇ ਹਿਸਾਬ ਦੇ ਲੱਛਣ ਚੱਲ ਰਹੇ ਆ ਜ਼ਿੰਦਗੀ ਤੋਂ ਬੰਦਾ ਕੀ ਕਰ ਲੂਗਾ ਉਰੇ ਠੀਕ ਹੈ ਤੂੰ ਨੌਜਵਾਨ ਯੂਥ ਕਿੱਥੇ ਫਿਰ ਰਿਹਾ ਉਰੇ ਯੂਥ ਤੇ ਬਹੁਤ ਘੱਟ ਗਿਆ ਸਾਰੇ ਬਾਹਰ ਜਾਣਾ ਹੀ ਪੈਣਾ ਫਿਰ ਜਾਂ ਉਰੇ ਹੈ ਹੀ ਕੁਛ ਨੀ ਨਾ ਕੋਈ ਸਰਕਾਰੀ ਨੌਕਰੀ ਮਿਲਦੀ ਆ ਆ ਮੇਰਾ ਅੱਧਾ ਬੈਗ ਭਰਿਆ ਪਿਆ ਫਾਰਮਾਂ ਨਾਲ ਸਰਕਾਰੀ ਨੌਕਰੀ ਕਿੰਨੀ ਪੜ੍ਹਾਈ ਕੀਤੀ ਮੈਂ ਫਿਰ ਬੀ ਏ ਕੀਤੀ ਹੋਈ ਬੀ ਏ ਕੀਤੀ ਕਿਤੇ ਅਪਲਾਈ ਕੀਤਾ ਸੀ ਉਹ ਵਾਧੂ ਕੀਤੇ ਆ ਫਿਰ ਨਹੀਂ ਬਣੀ ਗੱਲ